ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲ ਚੈਨਲ ਉੱਪਰ ਸਵਾਗਤ ਹੈ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਹਿਮਦਾਬਾਦ ਦੇ ਕਾਇਰ ਫੈਸਟੀਵਲ ਦੀ ਵੀਡੀਓ ਲੈ ਕੇ ਆਏ ਹਾਂ। ਜੇਕਰ ਹਾਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਆਓ ਜੀ, ਹੁਣ ਆਪਾਂ ਇੰਟਰਨੈਸ਼ਨਲ ਕਾਇਰ ਫੈਸਟੀਵਲ ਦੇ ਅੰਦਰ ਚੱਲਦੇ ਹਾਂ ਅਤੇ ਦੁਨੀਆ ਦੇ ਸਭ ਤੋਂ ਵੱਡੇ ਪਤੰਗ ਨੂੰ ਦੇਖਾਂਗੇ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ ਬਣੇ ਰਹੋ ਜੀ। ਇਹ ਵੀਰ ਆ ਜੀ, ਇਹਨਾਂ ਨੇ ਰਾਮ ਮੰਦਿਰ ਜਿਹੜਾ ਆਪਣਾ ਬਣ ਰਿਹਾ ਅਯੁੱਧਿਆ 'ਚ, ਉਹਨੂੰ ਸਮਰਪਿਤ ਜੀ 16 ਫੁੱਟ ਦਾ ਫਲੈਗ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਬਣਾਇਆ ਹੋਇਆ ਜੀ ਅੱਜ ਇਹਨਾਂ ਨੇ, ਤੇ ਉਹਨਾਂ ਨੂੰ ਸਮਰਪਿਤ ਜੀ ਅੱਜ ਇਹ ਫਲੈਗ ਇਹ ਚੜਾਉਣਗੇ ਜੀ ਕਾਇਟ ਫੈਸਟੀਵਲ ਅਹਿਮਦਾਬਾਦ ਦੇ ਵਿੱਚ ਜੀ। ਇਹ ਵੀਰ ਨੇ ਬਣਾਇਆ ਜੀ। ਗੁਜਰਾਤ ਦੇ CM ਸਾਹਿਬ ਵੀ ਇਸ ਗਰਾਊਂਡ ਵਿੱਚ ਪਹੁੰਚ ਚੁੱਕੇ ਨੇ। ਉਹ ਕਾਇਰ ਫੈਸਟੀਵਲ ਵਿੱਚ ਪਾਰਟਿਸਪੇਟ ਕਰ ਰਹੇ ਪਤੰਗਬਾਜ਼ਾਂ ਨੂੰ ਮਿਲ ਰਹੇ ਨੇ ਅਤੇ ਉਹ ਆਪ ਵੀ ਕਾਇਰ ਫਲਾਈ ਕਰ ਰਹੇ ਨੇ। ਆਪਾਂ ਉਹਨਾਂ ਨੂੰ ਵੀ ਮਿਲਦੇ ਹਾਂ। ਸਾਨੂੰ ਇਸ ਕਾਇਰ ਫੈਸਟੀਵਲ ਦਾ ਹਿੱਸਾ ਬਣਾਉਣ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਜਮਸ਼ੇਦ ਬਬਲੂ ਜੀ ਵੀ ਇਸ ਗਰਾਊਂਡ ਵਿੱਚ ਮੌਜੂਦ ਹਨ, ਜੋ ਕਿ ਗੁਜਰਾਤ ਟੂਰਿਜ਼ਮ ਡਿਪਾਰਟਮੈਂਟ ਵਿੱਚ ਕੰਮ ਕਰ ਰਹੇ ਹਨ। ਉਹਨਾਂ ਤੋਂ ਇਸ ਇੰਟਰਨੈਸ਼ਨਲ ਕਾਇਰ ਫੈਸਟੀਵਲ ਦੀ ਆਪਾਂ ਹਿਸਟਰੀ ਨੂੰ ਵੀ ਜਾਣਾਂਗੇ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ। ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ। ਬੈਲ ਆਈਕਨ ਦਬਾ ਕੇ ਵੀਡੀਓ ਨੂੰ ਲਾਈਕ ਕਰ ਦਿਓ। ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ। ਕੋਈ ਕੁਐਸਚਨ ਹੋਵੇ ਜਾਂ ਸੁਜੈਸ਼ਨ ਹੋਵੇ ਤਾਂ ਅਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹਾਂ ਜੀ। ਬਣੇ ਰਹੇ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ। ਗੁਜਰਾਤ ਦੇ CM ਸਾਹਿਬ ਆਪਾਂ ਸਭ ਨੂੰ ਮਿਲ ਕੇ ਹੁਣ ਜਾ ਰਹੇ ਨੇ। ਆਓ ਹੁਣ ਆਪਾਂ ਚੱਲਦੇ ਹਾਂ ਜਮਸ਼ੇਦ ਬਬਲੂ ਜੀ ਕੋਲ, ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਪਤੰਗ ਉਡਾਉਂਦੇ ਨੇ। ਅੱਜ ਆਪਾਂ ਜਮਸ਼ੇਦ ਬਬਲੂ ਜੀ ਦੀ ਪਤੰਗ ਉਡਾਉਣ ਵਿੱਚ ਸਹਾਇਤਾ ਕਰਾਂਗੇ, ਹੈਲਪ ਕਰਾਂਗੇ। ਆਓ ਹੁਣ ਆਪਾਂ ਚੱਲਦੇ ਹਾਂ ਉੱਧਰ ਨੂੰ ਜੀ। ਇਹ ਨਾ ਜੀ ਆਪਣੇ ਬਬਲੂ ਭਾਈ ਸਾਹਿਬ ਜੀ, ਜਮਸ਼ੇਦ ਜੀ, ਜਿਨ੍ਹਾਂ ਨੇ ਆਪਾਂ ਨੂੰ ਗਾਈਡ ਕੀਤਾ ਇੱਕ ਜਗ੍ਹਾ ਦੇ ਉੱਤੇ ਜੀ। ਮੈਂ ਆਪਾਂ ਆਏ ਹਾਂ ਇਹਨਾਂ ਦੇ ਇੱਕ ਸੱਦੇ ਦੇ ਉੱਤੇ ਜੀ। ਬਬਲੂ ਭਾਈ, ਇਹ ਕਿਉਂ ਮਨਾਇਆ ਜਾਂਦਾ ਅਤੇ ਕਿੰਨੀ ਦੇਰ ਤੋਂ ਮਨਾਇਆ ਜਾਂਦਾ ਜੀ ਇਸ ਜਗ੍ਹਾ 'ਤੇ ਜੀ? ਇਹ ਇੰਟਰਨੈਸ਼ਨਲ ਕਾਇਟ ਫੈਸਟੀਵਲ 33 ਸਾਲ, ਦਿਸ ਇਜ਼ ਦਾ 33 ਈਅਰਸ ਫੈਸਟੀਵਲ ਔਰਗੇਨਾਈਜ਼ ਬਾਏ ਗੁਜਰਾਤ ਟੂਰਿਜ਼ਮ ਡਿਪਾਰਟਮੈਂਟ ਸੇ ਔਰਗੇਨਾਈਜ਼ ਹੋਤਾ ਹੈ ਔਰ ਇਹ ਇੱਕ ਮਕਰ ਸੰਕ੍ਰਾਂਤੀ ਕੇ ਨਾਮ ਸੇ ਚਲਤਾ ਹੈ। ਮਗਰ ਯਹਾਂ ਪੇ ਗੁਜਰਾਤ ਮੇਂ ਪਹਿਲੇ ਕਿਸੀ ਜ਼ਮਾਨੇ ਮੇਂ ਛੋਟੇ ਛੋਟੇ ਪਤੰਗ ਬਣਾਨੇ ਵਾਲੋਂ ਕੀ ਕੋਈ ਵੈਲਿਊ ਨਾ ਥੀ, ਉਨਕੋ ਕੋਈ ਜਾਣਤਾ ਪਹਿਚਾਨਤਾ ਨਹੀਂ ਥਾ। ਮਗਰ ਆਜ ਐਸਾ ਹੋ ਗਿਆ ਕਿ ਮੋਦੀ ਜੀ ਨੇ ਇਸਕੋ ਸਟਾਰਟ ਕੀਆ ਔਰ ਇਸਕੋ ਸਟਾਰਟ ਕਰਨੇ ਕੇ ਬਾਅਦ
मोदी जी ने सबसे पहले उन लोगों को उठाए जो लोग छोटे छोटे तबके के थे, जो पूरे साल पतंग बनाते थे घरों में और पेपर के काइट बनाते थे, जिसको लड़कियां बना के अपना डॉरी मतलब दहेज के पैसे इकट्ठा करती थी। ये होम वर्क है, ये लेडीज वर्क है। तो लोगों को इतना काम मिलने से पता चला मोदी जी ने उन लोगों को उठाया और आज ला करके यहाँ खड़ा कर दिया, जो इंटरनेशनल मार्केट में हम लोग चल रहे हैं। मेरे जैसे तो यहाँ पे पूरी दुनिया से लोग आए हैं, आप यहाँ देख सकते हैं कितने सारे लोग हैं। ये भाई साहब आए हैं पंजाब से स्पेशल, हमने पहले इनको कभी देखा भी नहीं था, मगर इन्होंने हमें ढूंढ लिया कहीं फेसबुक से या कोई यूट्यूब से किसी से, और अब हम ऐसे ही इंटरव्यू लेने आए हैं, हम इनके साथ थोड़ी बात कर रहे हैं। बहुत बहुत शुक्रिया पंजाब से आए हो भाई साहब, आपका बहुत बहुत शुक्रिया। क्या कहना चाहते हो, गाना चाहिए क्या कहना चाहिए? पतंग उड़ाना अच्छी बात है, इज ए वन काइंड ऑफ एक्सरसाइज। आप ऐसे ऐसे करोगे तो आपका ये पूरा शोल्डर एक्सरसाइज में यूज होगा, आपका ये बैकबोन आपका यू यू करके होगा। तो ये दो एक्सरसाइज होने से मकर वाले दिन एग्जैक्ट वो सामने आता है, तो वो एक्सरसाइज बहुत अच्छी बात है। एज ए वास्तुशास्त्र इसको आप इस दिन एक्सरसाइज करोगे, योगासन जैसा करोगे तो बहुत अच्छी बात है। गुजरात से अहमदाबाद में मैं चल 22 साल से ये उड़ाता हूँ। पहले मैं टूरिज्म डिपार्टमेंट में काम करता था, फिर टूरिज्म का काम हम VRS ले लिए और आज हम काइट फ्लायर हो गए। हम देश विदेश में उड़ा चुके हैं, हम 4 बार चाइना जा चुके हैं, 3 बार दुबई, 2 बार मलेशिया, 1 बार इंडोनेशिया, जर्मनी, स्कॉटलैंड, पोलैंड और अमेरिका तक हम पतंग उड़ा चुके हैं। हमारा पतंग उड़ाना, हमारे पास कुछ ऐसे ऐसे पतंग है जिससे इंटरनेशनल मार्केट में हमको लोग जानते हैं। हमारा नाम जमशेद है मगर हमारा पेट नेम बबलू है, तो हमको जमशेद बबलू से लोग जानते हैं। अहमदाबाद में आप कभी भी आओ, 7 जनवरी से 14 जनवरी तक। ਸਾਰਿਆਂ ਨਾਲੋਂ ਵੱਡਾ ਪਤੰਗ ਆਪਾਂ ਚੜ੍ਹਾਉਣ ਲੱਗੇ ਹਾਂ ਜੀ, ਬਣੇ ਰਹੋ ਸਾਡੇ ਨਾਲ, ਤੁਹਾਨੂੰ ਦਿਖਾਉਂਦੇ ਹਾਂ ਜੀ। ਸਾਰਿਆਂ ਨਾਲੋਂ ਵੱਡਾ ਪਤੰਗ ਜੀ ਜਮਸ਼ੇਦ ਬਬਲੂ ਭਾਈ ਨੇ ਆਪਣੇ ਨਾਲ ਜੀ, ਉਹਨਾਂ ਦੀ ਟੀਮ ਆ ਇਹ, ਅਤੇ ਨਾਲ ਆਪਾਂ ਚੜ੍ਹਾ ਰਹੇ ਹਾਂ ਸਾਰਿਆਂ ਨਾਲੋਂ ਵੱਡਾ ਪਤੰਗ ਜੀ। Didn't come here for you. Did you killing the mood? Or you being so rude?
ਆਪਾਂ ਸਭ ਨੇ ਮਿਲ ਕੇ ਜੀ ਦੁਨੀਆ ਸਭ ਤੋਂ ਵੱਡੀ ਪਤੰਗ ਨੂੰ ਉਡਾ ਲਿਆ। ਤੁਸੀਂ ਦੇਖਿਆ ਹੋਣਾ ਵੀ ਜਿਹਦੇ ਵਿੱਚ 10-15 ਜਣੇ ਲੱਗੇ ਸੀ ਇਸ ਪਤੰਗ ਨੂੰ ਉਡਾਉਣ ਦੇ ਲਈ। ਜੇਕਰ ਤੁਹਾਨੂੰ ਹੁਣ ਤੱਕ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਉ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ। ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ। ਤੁਸੀਂ ਆਹ ਪਤੰਗ ਦੇਖ ਰਹੇ ਹੋ ਨਾ ਕਾਈਟ, ਇਹਨੂੰ ਤਕਰੀਬਨ 6 ਮਹੀਨੇ ਲੱਗੇ ਨੇ ਜੀ ਤਿਆਰ ਕਰਨ ਨੂੰ। ਜਾਣੀ ਬਹੁਤ ਮਿਹਨਤ ਆਉਂਦੀ ਆ ਇਹਨਾਂ ਪਤੰਗਾਂ ਨੂੰ ਬਣਾਉਣ ਦੇ ਵਿੱਚ। ਇਹ ਸਾਡੇ ਬਬਲੂ ਭਾਈ ਸਾਹਿਬ ਨੇ ਤਿਆਰ ਕੀਤੀ ਆ, ਜਾਣੀ 6 ਮਹੀਨੇ ਲੱਗੇ ਨੇ ਚੜਾਉਣਗੇ ਇਹਨੂੰ। ਅਹਿਮਦਾਬਾਦ ਦੇ ਇਸ ਇੰਟਰਨੈਸ਼ਨਲ ਕਾਈਟ ਫੈਸਟੀਵਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੁਰਾਣੇ ਕਾਈਟਸ ਦੀ ਐਗਜ਼ੀਬਿਸ਼ਨ ਲਗਾਈ ਗਈ ਹੈ। 1942 ਦੇ ਪਤੰਗ, 1940 ਦੇ, 1800 ਦੇ ਵੀ ਇੱਥੇ ਪਤੰਗ ਲਗਾਏ ਹੋਏ ਨੇ। ਜੇਕਰ ਤੁਸੀਂ ਇਸ ਇੰਟਰਨੈਸ਼ਨਲ ਫੈਸਟੀਵਲ ਦੇ ਵਿੱਚ ਆਓ ਤਾਂ ਤੁਸੀਂ ਇਹਨਾਂ ਪੁਰਾਣੇ ਪਤੰਗਾਂ ਨੂੰ ਵੀ ਦੇਖ ਸਕਦੇ ਹੋ ਜੀ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਪਤੰਗ ਨੇ ਇਹ, ਜੋ ਕਿ ਪੁਰਾਣੇ ਸਮੇਂ ਵਿੱਚ ਬਣਾਏ ਗਏ ਸੀ, ਇਸ ਜਗ੍ਹਾ ਉੱਪਰ ਡਿਸਪਲੇ ਕੀਤੇ ਹੋਏ ਨੇ ਇਸ ਅਹਿਮਦਾਬਾਦ ਦੇ ਕਾਈਟ ਫੈਸਟੀਵਲ ਦੇ ਵਿੱਚ। ਤੁਹਾਨੂੰ ਹੋਰ ਚੀਜ਼ ਦਿਖਾਉਂਦੇ ਹਾਂ, ਜਿਹੜਾ ਨਾ ਆਹ ਬਾਜ ਵਾਲਾ ਕਾਈਟ ਉੱਡ ਰਹੇ ਨੇ ਤੁਸੀਂ ਦੇਖ ਰਹੇ ਹੋ, ਇਹਦੇ ਉੱਤੇ ਇੱਲਾਂ ਨਾ ਬਹੁਤ ਜ਼ਿਆਦਾ ਅਟੈਕ ਕਰਦੀਆਂ ਨੇ, ਦੇਖਿਓ ਇਹਨਾਂ ਦੇ ਉੱਤੇ ਅਟੈਕ ਕਰਦੀਆਂ ਨੇ ਇੱਲਾਂ, ਜਿਹੜੇ ਆ ਬਾਜ ਉੱਡਦੇ ਨੇ ਇਹਨਾਂ ਦੇ ਉੱਤੇ, ਦੇਖੋ ਕਿੰਨੀਆਂ ਇੱਲਾਂ ਇਕੱਠੀਆਂ ਹੋ ਗਈਆਂ। Yes, DJ. ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਜੀ। ਜਿਹੜੀ ਆਪਾਂ ਸਾਹਮਣੇ ਪਤੰਗ ਦੇਖ ਸਕਦੇ ਹਾਂ, ਇਸ ਨੂੰ 2 ਜਣੇ ਤਾਂ ਪਿੱਛੇ ਫੜ ਕੇ ਬੈਠੇ ਨੇ, ਉਹ ਤੋਂ ਪਿੱਛੇ ਜਿਹੜੀ ਆਇਰਨ ਦੀ ਰੀਲਿੰਗ ਲੱਗੀ ਹੋਈ ਹੈ, ਫਿਰ ਉਸ ਦੇ ਨਾਲ ਇਸ ਪਤੰਗ ਨੂੰ ਬੰਨਿਆ ਹੋਇਆ। ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਜਣੇ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਸ ਪਤੰਗ ਦੀ ਖਿੱਚ ਹੀ ਇੰਨੀ ਜ਼ਿਆਦਾ ਹੈ ਕਿ ਉਹਨਾਂ ਲਈ ਵੀ ਇਸ ਪਤੰਗ ਨੂੰ ਹੈਂਡਲ ਕਰਨਾ ਕਾਫੀ ਮੁਸ਼ਕਿਲ ਹੋ ਰਿਹਾ। ਜੇਕਰ ਕੋਈ ਸਿੰਗਲ ਬੰਦਾ ਇਸ ਦੇ ਨਾਲ ਮਤਲਬ ਚੜਾਉਣ ਲੱਗੇ ਤਾਂ ਉਹ ਉੱਡ ਵੀ ਸਕਦਾ, ਇੰਨੀ ਜ਼ਿਆਦਾ ਖਿੱਚ ਹੈ ਜੀ ਇਸ ਪਤੰਗ ਦੀ। ਇਹ ਬਬਲੂ ਭਾਈ ਸਾਹਿਬ ਦੀ ਬੇਟੀ ਹੈ ਜੀ, ਚੜਾ ਰਹੀ ਆ ਪਤੰਗ। Yes, DJ.
ਆਪਾਂ ਸਭ ਨੇ ਮਿਲ ਕੇ ਇੰਟਰਨੈਸ਼ਨਲ ਕਾਈਟ ਫੈਸਟੀਵਲ ਨੂੰ ਵਿਜ਼ਿਟ ਕਰ ਲਿਆ ਹੈ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ, ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ। ਜੇਕਰ ਤੁਸੀਂ ਅਹਿਮਦਾਬਾਦ ਦੇ ਟੂਰਿਸਟ ਪਲੇਸਿਸ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਉਸਦੀ ਸਾਰੀ ਪਲੇਲਿਸਟ ਸਾਡੇ ਚੈਨਲ 'ਤੇ ਬਣੀ ਹੋਈ ਹੈ, ਤੁਸੀਂ ਉਸਨੂੰ ਵੀ ਜਾ ਕੇ ਦੇਖ ਸਕਦੇ ਹੋ। ਅਹਿਮਦਾਬਾਦ ਦੀਆਂ ਪਿਛਲੀ ਵੀਡੀਓਜ਼ ਦੇ ਵਿੱਚ ਅਸੀਂ ਆਪਣਾ ਰੂਮ ਦਿਖਾਇਆ ਸੀ, ਲੱਕੀ ਟੀ ਸਟੋਲ ਦਿਖਾਈ ਸੀ, ਜਿੱਥੇ ਦਾ ਬਨ ਮਸਕਾ ਬਹੁਤ ਮਸ਼ਹੂਰ ਹੈ। ਅਹਿਮਦਾਬਾਦ ਦੇ ਵਿੱਚ ਆਓ ਤਾਂ ਉਸਨੂੰ ਜ਼ਰੂਰ ਟਰਾਈ ਕਰਿਓ ਜੀ। ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਉਸ ਅਲੌਕਿਕ ਸ਼ਕਤੀਆਂ ਵਾਲੇ ਪੱਥਰ ਨੂੰ ਦੇਖਾਂਗੇ ਜਿਸ ਨੂੰ ਲੋਕ ਆਪਣੀ ਮੰਨਤ ਮੰਗ ਕੇ ਚੁੱਕਦੇ ਹਨ ਅਤੇ ਜਿਸ ਦਾ ਅੱਧਾ ਹਿੱਸਾ ਬ੍ਰਿਟਿਸ਼ਰਜ਼ ਯਾਨੀ ਅੰਗਰੇਜ਼ ਆਪਣੇ ਨਾਲ ਇੰਗਲੈਂਡ ਲੈ ਗਏ ਸਨ ਜੀ। ਇਸ ਲਈ ਸਾਡੇ ਨਾਲ ਉਸ ਵੀਡੀਓ ਦੇ ਵਿੱਚ ਵੀ ਬਣੇ ਰਹੋ। ਸਾਡੇ ਚੈਨਲ ਉੱਪਰ ਜੈਪੁਰ ਦੀ ਸੀਰੀਜ਼ ਚੱਲ ਰਹੀ ਹੈ, ਉਸਨੂੰ ਵੀ ਜ਼ਰੂਰ ਦੇਖਿਓ ਜੀ। ਫਿਰ ਮਿਲਾਂਗੇ ਨਵੀਂ ਵੀਡੀਓ ਨਾਲ ਨਵੀਂ ਪਲੇਸ ਉੱਤੇ ਜੀ। ਤਦ ਤੱਕ ਲਈ ਜੀ ਬਾਏ।